ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਮੁੱਚੇ ਹੀ ਵਰਲਡ ਲੈਵਲ 'ਤੇ ਜੋ ਕਿਸਾਨੀ ਦਾ ਮੁੱਦਾ ਬਹੁਤ ਵੱਡੇ ਪੱਧਰ 'ਤੇ ਉੱਠਿਆ ਹੋਇਆ ਹੈ, ਜੋ ਭਾਰਤ ਸਰਕਾਰ ਨੇ ਜੋ 80% ਤੋਂ ਉੱਪਰ ਕਿਸਾਨ ਸਾਡੇ ਵੀਰ, ਉਹਦੇ ਨਾਲ ਹਰ ਇੱਕ ਤਬਕਾ ਜੁੜਦਾ ਹੈ, ਜੋ 80% ਲੋਕ ਬੇਰੁਜ਼ਗਾਰ ਹੋਣਗੇ ਇਸ ਭਾਰਤ ਦੇ ਕਾਨੂੰਨ ਜੋ ਖਿਲਾਫ ਬਣਾਇਆ ਹੈ ਖੇਤੀ ਦੇ, ਉਹਦੇ ਵਾਸਤੇ ਅਸੀਂ ਜੋ ਛੋਟਾ ਜਿਹਾ ਉਪਰਾਲਾ ਕਰਨ ਲੱਗੇ ਹਾਂ। ਇਟਲੀ ਤੋਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ, ਦਮਦਮੀ ਟਕਸਾਲ, ਕਾਜਮ ਮਰਾਨੋ, ਕਰਮੋਨਾ ਇਟਲੀ ਵਿਖੇ ਜੋ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ, ਜੋ ਸੰਗਤਾਂ ਭਾਰਤ ਵਿੱਚ ਦਿੱਲੀ ਵਿਖੇ ਸੇਵਾ ਨਿਭਾ ਰਹੇ ਹਨ, ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਦੇ ਭਤੀਜੇ ਭਾਈ ਜਸਵੀਰ ਸਿੰਘ ਜੀ ਰੋਡੇ, ਜੋ ਇੰਟਰਨੈਸ਼ਨਲ ਪੰਥ ਦਲ ਦੇ ਬਾਨੀ ਹਨ, ਉਹਨਾਂ ਨੇ ਇੱਕ ਛੋਟਾ ਜਿਹਾ ਉਪਰਾਲਾ ਲੈ ਕੇ ਜੋ 2 ਮੈਡੀਕਲ ਕੈਂਪ ਅਤੇ ਬਹੁਤ ਵੱਡਾ ਲੰਗਰ ਜੋ ਚਲਾਇਆ ਹੋਇਆ ਹੈ, ਉਹਦੇ ਵਾਸਤੇ ਸਬੱਤ ਸੰਗਤਾਂ ਦੀ ਜੋ ਡਿਊਟੀ ਬਣਦੀ ਹੈ, ਸਾਡਾ ਵੀ ਯੋਗਦਾਨ ਬਣਦਾ ਹੈ, ਯੋਗਦਾਨ ਪਾਉਣਾ ਵੀ ਉਹਨਾਂ ਨੂੰ ਹੌਸਲਾ ਵਜਾਈ ਦੇਣ ਵਾਸਤੇ, ਜੋ ਜਿੰਨੇ ਵੀ ਸਿੰਘ ਹਨ, ਹਰ ਇੱਕ ਸਟੇਟ ਤੋਂ ਜਿੰਨੇ ਵੀ ਕਿਸਾਨ ਹਨ, ਉਹਨਾਂ ਦਾ ਇੱਕ ਸਪੋਰਟ ਬਣੀਏ, ਉਹਨਾਂ ਦੀ ਆਵਾਜ਼ ਬਣੀਏ, ਵੀ ਉਹਨਾਂ ਨੂੰ ਪਤਾ ਹੋਵੇ ਵੀ ਸਾਡੇ ਜੋ ਭਾਰਤ ਕਾਨੂੰਨ ਗਲਤ ਬਣਾ ਰਿਹਾ ਹੈ ਕਿਸਾਨਾਂ ਪ੍ਰਤੀ, ਉਹਦੇ ਵਾਸਤੇ ਹਰ ਕੰਟਰੀ ਤੋਂ, ਹਰ ਦੇਸ਼ ਵਿਦੇਸ਼ ਤੋਂ, ਹਰ ਸਟੇਟ ਤੋਂ, ਭਾਰਤੀ ਤੋਂ ਜੋ ਆਵਾਜ਼ ਉੱਠ ਰਹੀ ਹੈ ਉਹ ਰੱਦ ਕਰਨੇ ਚਾਹੀਦੇ ਹਨ। ਹੁਣ ਮੈਂ ਬੇਨਤੀ ਕਰਾਂ ਜੋ ਸਾਡੇ ਬਹੁਤ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਭਾਈ ਹਰਜਿੰਦਰ ਸਿੰਘ ਜੀ ਨੂੰ, ਉਹ ਆਪਣੇ ਜ਼ਰੂਰ ਇਸ ਵਿਸ਼ੇ 'ਤੇ ਵਿਚਾਰ ਦੇਣ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਜੋ ਇਸ ਵਕਤ ਇੰਡੀਆ ਦੇ ਵਿੱਚ ਜੋ ਸਰਕਾਰ ਦੀਆਂ ਗਲਤ ਨੀਤੀਆਂ ਹਨ, ਉਹਨਾਂ ਨੇ ਕਿਸਾਨ ਮਾਰੂ ਜਿਹੜਾ ਬਿੱਲ ਹੈ ਉਹ ਪਾਸ ਕੀਤਾ ਹੈ, ਜਿਸ ਦੇ ਵਿਰੋਧ ਦੇ ਵਿੱਚ ਇਸ ਵਕਤ ਇੰਡੀਆ ਦੇ, ਭਾਰਤ ਦੇ ਸਮੁੱਚੇ ਕਿਸਾਨ ਖੜ੍ਹੇ ਹੋਏ ਹਨ। ਸੋ ਉਹਨਾਂ ਕਿਸਾਨਾਂ ਦੇ ਸੰਯੋਗ ਵਾਸਤੇ ਜਿਹੜੀ ਇਟਲੀ ਦੀ ਸਾਰੀ ਸੰਗਤ ਹੈ, ਇੰਟਰਨੈਸ਼ਨਲ ਪੰਥਕ ਦਲ ਅਤੇ ਸਮੁੱਚੀ ਸੰਗਤ ਉਹਨਾਂ ਜੋ ਬਿੱਲਾਂ ਦਾ ਵਿਰੋਧ ਕਰਦੀ ਹੈ ਅਤੇ ਜਿਹੜੀ ਇਹ ਸਰਕਾਰ ਦੀਆਂ ਗਲਤ ਨੀਤੀਆਂ ਹਨ ਜਿਹੜੀਆਂ ਇਹਨਾਂ ਨੇ ਕਿਸਾਨੀ ਨੂੰ ਖਤਮ ਕਰਨ ਦਾ ਜਿਹੜਾ ਇਹ ਉਪਰਾਲਾ ਆਰੰਭ ਕੀਤਾ ਹੈ, ਇਸ ਦਾ ਜਿਹੜਾ ਹੈ ਵਿਰੋਧ ਕਰਦੀ ਹੈ ਸਾਰੀ ਸੰਗਤ। ਸੋ ਸਾਰੀ ਸੰਗਤ ਇਸ ਸੰਬੰਧ ਦੇ ਵਿੱਚ ਇਕੱਤਰ ਹੋਈ ਹੈ। ਸੋ ਇਹ ਸਾਰੇ ਹੀ ਜਿਹੜੇ ਬਾਹਰ ਆ ਕੇ ਵੀਰ ਵਸੇ ਹਨ, ਜਿੰਨੇ ਵੀ ਆ ਕੇ ਇੱਥੇ ਰਹਿੰਦੇ ਹਨ, ਆਪਣੇ ਕਾਰੋਬਾਰ ਕਰਦੇ ਹਨ, ਪਰ ਇਹ ਸਾਰੇ ਜੁੜੇ ਕਿਸਾਨੀ ਦੇ ਨਾਲ ਹਨ, ਇਹਨਾਂ ਦੀਆਂ ਵੀ ਉੱਥੇ ਜ਼ਮੀਨਾਂ ਹਨ। ਸੋ ਉਹ ਆਪਣੇ ਭਰਾਵਾਂ ਦੇ ਨਾਲ, ਮੋਢੇ ਨਾਲ ਮੋਢਾ ਜੋੜ ਕੇ ਸਾਰੀ ਹੀ ਵਿਦੇਸ਼ਾਂ ਦੀ ਜਿਹੜੀ ਸੰਗਤ ਹੈ ਇਹ ਖੜ੍ਹੀ ਹੈ। ਸੋ ਸਾਰੀ ਸੰਗਤ ਨੂੰ, ਹੋਰ ਵੀ ਜਿਹੜੀ ਸੁਣਦੀ ਹੈ ਨੈੱਟ ਰਾਹੀਂ ਜੋ ਲਾਈਵ ਜਾ ਰਿਹਾ ਹੈ, ਸਾਰੀ ਸੰਗਤ ਸਰਵਣ ਕਰ ਰਹੀ ਹੈ, ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਸਾਰੇ ਹੀ ਉਹਨਾਂ ਕਿਸਾਨ ਵੀਰਾਂ ਦੇ ਹੱਕ ਵਿੱਚ ਇਹ ਵਿਦੇਸ਼ਾਂ ਵਿੱਚੋਂ, ਸਮੁੱਚੇ ਸੰਸਾਰ ਵਿੱਚੋਂ ਆਵਾਜ਼ ਉਠਾਈਏ, ਜਿਹੜੀ ਕਿ ਇਹ ਸੰਸਾਰ ਜੋ ਸਰਕਾਰ ਹੈ, ਜੋ ਇਹਨਾਂ ਦੀਆਂ ਗਲਤ ਨੀਤੀਆਂ ਹਨ, ਇਹਨਾਂ ਨੂੰ ਝੁਕਣ 'ਤੇ ਮਜਬੂਰ ਹੋਣਾ ਪਵੇ। ਸੋ ਇੰਨੀਆਂ ਬੇਨਤੀਆਂ ਜਿਹੜੀਆਂ ਹਨ ਇਹ ਪ੍ਰਵਾਨ ਕਰਨੀ ਸਾਰੀ ਸੰਗਤ ਨੇ। ਸੋ ਅੱਗੇ ਭਾਈ ਸਾਹਿਬ ਸੂਝਵਾਨ ਉਹ ਆਪ ਜੀ ਨੂੰ ਆਪਣੇ ਵਿਚਾਰ ਦੱਸਣਗੇ। ਸਭ ਤੋਂ ਵੱਡੀ ਇਹ ਮਾਣ ਵਾਲੀ ਗੱਲ ਹੈ ਜੋ ਇੰਟਰਨੈਸ਼ਨਲ ਪੰਥਕ ਦਲ ਨੂੰ ਮਾਣ ਮਿਲਿਆ ਹੈ, ਜਿਹੜੀਆਂ ਆਪਣੀਆਂ ਪੰਜਾਬ ਦੀਆਂ 31 ਜਥੇਬੰਦੀਆਂ ਹਨ, ਉਹਨਾਂ ਵਿੱਚ 31 ਜਥੇਬੰਦੀਆਂ ਵਿੱਚ 7 ਮੈਂਬਰੀ ਜੋ ਕਮੇਟੀ ਬਣੀ ਹੈ, ਉਹਨਾਂ ਵਿੱਚ ਵੀ ਆਪਣੇ ਮੈਂਬਰ ਹਨ। ਸੱਤ ਮੈਂਬਰੀ ਕਮੇਟੀ ਵਿੱਚ ਭਾਈ ਕਿਰਪਾ ਸਿੰਘ ਜੀ ਅਤੇ ਭਾਈ ਲਖਵਿੰਦਰ ਸਿੰਘ ਜੀ, ਜੋ ਆਪਣੀ ਜਥੇਬੰਦੀ ਵੱਲੋਂ, ਬੜੀ ਮਾਣ ਵਾਲੀ ਗੱਲ ਹੈ ਕਿਉਂਕਿ
हर बंदा सोचता है कि जो ये अज चल रहा है युद्ध ये बंदा कोई वेखे ना, तो मैं ये सोचता हाँ भी वेखो रोडी पिंड दे जो महान महापुरख होए हैं बराड़ परिवार, मैं ये आस है भी जो ये जथेबंदी है विच बहुत ही अपना ध्यान रख रही है, हर बंदे नाल हर मैंबर नाल अपना संपर्क रख रही है कि वो इदां दा कोई गलत बंदा ना वड़े जां इस संघर्ष नूं ढा ना लग सके। बहुत ही ये माण वाली गल है। हुण मैं बेनती करा भाई हरजिंदर सिंह जी जो साढ़े सैकटरी साहबान हन वह भी अपने दो लफ्ज़ जरूर बोलन। वाहेगुरु जी का खालसा वाहेगुरु जी की फतेह। सब तो पहला मैं इलाके दियां संगतां दा धन्नवाद करा जो साढ़े नाल इस टाइम खड़िया हैं। साध संगत जी आपां नूं सारिआं नूं पता है कि जित्थां दिल्ली दे विच साढ़े किसान वीरां ने मोर्चा लाया वा, असीं उन्हां सारिआं दा संजोग करिए जिस तरह का भी साढ़े को हो सकता। साध संगत जी समय दे नाल असीं नहीं उन्हां दा संजोग कर सकते, पर कई वस्तां इतां दियां कि असीं संजोग जरूर इत्थों कर सकते हाँ। जित्थां भाई साहब होणा भी दस्सिआ कि इंटरनेशनल पंथक दल भाई जसवीर सिंह जी रोडे जो उत्थे सेवा निभा रहे ने उन्हां दे नाल आपां रल मिल के उन्हां दे नाल जो साढ़े को इत्थों तिल फुल उन्हां दी सेवा आपां किसान भरावां दी करिए। जो कानून है मोदी ने बनाया वा, बीजेपी ने कानून बनाया साध संगत जी, ये किसानां दे मारन लई बनाया वा साध संगत जी, क्योंकि कल्ले किसान नहीं गे अज साडे सारे ही कल्ले किसान चाहे सिख जथेबंदी की कोई गल नहीं गई हैगी। जो भी धर्म इंडिया दे विच आ चाहे भी कोई वह वाल्मीकि धर्म आ चाहे हिंदू धर्म आ चाहे मुसलमान धर्म आ, अज सड़कां ते साध संगत जी आ गया वा। तो मैं बेनती करा सारे ही धर्मां नूं सारे ही वीरां नूं साध संगत जी आपां इस तरह इस सरकार दा जिहड़ा वा अपना विरोध करना वा, अपने जिहड़े बिल ने आपां रद्द करा के दिल्ली दे विच्चों फिर असी वापस जाना वा इंडिया की धरती ते। मैं सारे नूं बेनती करा साध संगत जी उन्हां किसानां वीरां दा सारे ही दिल्ली दे विच जाके साथ दो, इन्नियां ही बेनती है प्रवान करनी है जी। वाहिगुरू जी का खालसा वाहिगुरू जी की फतेह।